ਜਿਹੜਾ ਪਿੰਡ ਤੇ ਸਬਜ਼ੀ ਵੇਚਣ ਆਏ ਜਗਤਾਰ ਸਿੰਘ ਦਾ ਮੋਬਾਈਲ ਪਿੰਡ ਵਿੱਚ ਡਿੱਗ ਪਿਆ। ਉਸ ਨੂੰ ਕੋਈ ਪਤਾ ਨਹੀਂ ਸੀ ਕਿ ਜਿੱਥੇ ਫੋਨ ਡਿੱਗਾ ਹੈ ਉਸ ਦੇ ਨਜ਼ਦੀਕ ਹੀ ਮਕਾਨ ਦੀ ਉਸਾਰੀ ਕਰਨ ਵਾਲੇ ਮਜ਼ਦੂਰ ਨੂੰ ਫੋਨ ਮਿਲ ਗਿਆ, ਜੋ ਕਿ ਕਾਫੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਜਦੋਂ ਉਸ ਨੂੰ ਫੋਨ ਮਿਲਿਆ ਤਾਂ ਉਸ ਨੇ ਤੁਰੰਤ ਆਪਣੇ ਠੇਕੇਦਾਰ ਨੂੰ ਦੱਸਿਆ ਅਤੇ ਸਬਜ਼ੀ ਵੇਚਣ ਵਾਲੇ ਨੂੰ ਫੋਨ ਵਾਪਸ ਕਰ ਦਿੱਤਾ। ਜਗਤਾਰ ਸਿੰਘ ਨੇ ਉਸ ਦਾ ਧੰਨਵਾਦ ਕੀਤਾ।